ਐਰ ਕੀ ਕਾਲੇ ਕਾਨੂੰਨ ਸੜਨਗੇ ਸੱਗ ਦੇ ਵਿੱਚ ਇਸ ਕਰਕੇ ਆ ਦੇਖੋ ਲਿਆਂਦੇ ਹੋਏ ਨੇ ਆ ਸਾਰੇ ਜਿਹੜੀ ਚੀਜ਼ ਇਹਨਾਂ ਨੂੰ ਨਹੀਂ ਇੱਥੇ ਸਾਨੂੰ ਚਾਹੀਦੀ ਸਾਨੂੰ ਜ਼ਬਰਦਸਤੀ ਜਿਹੜੀ ਦਿੱਤੀ ਜਾ ਰਹੀ ਕਿਸਾਨ ਲੈ ਕੇ ਆਏ ਨੇ ਇਹਨਾਂ ਨੇ ਹੱਥਾਂ 'ਚ ਫੜੇ ਨੇ ਉਹ ਕਾਪੀਆਂ ਫੜੀਆਂ ਨਹੀਂ ਚਾਹੀਦੇ ਕਾਨੂੰਨ ਤਾਂ ਫਿਰ ਨਹੀਂ ਚਾਹੀਦੇ ਉਹ ਕਹਿੰਦੇ ਅਸੀਂ ਅੱਜ ਸਾੜ ਦੇਣੇ ਆ ਮਾਨਯੋਗ ਸੁਪਰੀਮ ਕੋਰਟ ਦੇ ਧੰਨਵਾਦ ਆ ਦਰਦ ਤਾਂ ਸਮਝਿਆ ਕਿਸੇ ਨੇ ਪਹਿਲੀ ਵਾਰੀ ਥੋੜਾ ਜਿਆ ਤੇ ਸਮਝਿਆ ਕਿ ਤਕਲੀਫ 'ਚ ਹੈਗੇ ਨੇ ਪਰ ਇਹਨੂੰ ਤੁਸੀਂ ਇਲਾਜ ਨਾ ਸਮਝੋ ਕਿ ਦਰਦ ਦਾ ਇਲਾਜ ਹੋ ਗਿਆ ਸਿਰਫ ਦਰਦ ਦੇ ਉੱਤੇ ਕਿਸੇ ਨੇ ਫੂਕ ਮਾਰੀ ਆ ਮਾੜੀ ਜੀ ਅਜੇ ਤੁਹਾਨੂੰ ਕਿਸੇ ਨੇ ਕਿਹਾ ਹੀ ਨਹੀਂ ਇਹ ਲਾਅ ਬਣਾਉ ਨੂੰ ਨਾ ਕਿਸੇ ਨੇ ਮੰਗੇ ਉਹ ਤੁਸੀਂ ਤੁਹਾਡੇ ਇੱਕ ਲਾਅ ਜਿਹੜਾ ਟ੍ਰੇਡ ਐਂਡ ਕਾਮਰਸ ਜਿਹੜਾ ਹੈਗਾ ਉਹ ਕਿਸਾਨੀ ਨਾਲ ਕਿੱਥੋਂ ਜੁੜਦਾ ਹੈ ਉਹ ਤਾਂ ਬਿਜ਼ਨਸ ਦਾ ਲਾਅ ਹੈ ਟ੍ਰੇਡ ਐਂਡ ਕਾਮਰਸ ਕਿਸਾਨ ਮਾਰਕੀਟਿੰਗ ਕਰਦਾ ਤੁਸੀਂ ਕਹ ਰਹੇ ਹੋ ਕਿਸਾਨ ਕਿਸਾਨ ਦੇ ਹਿੱਤ ਵਿੱਚ ਹੈ ਇੱਕ ਮੈਂ ਜੋ ਲਾਸਟ ਟਾਈਮ ਆਇਆ ਸੀ ਇੱਕ ਕਪਲ ਕੋਲ ਬੱਚਾ ਸੀ ਤੌਲੀਏ ਦੇ ਵਿੱਚ ਨਿਕਲ ਜਲੇ ਬੇਟਾ ਮੈਂ ਪੁੱਛਿਆ ਕਿੰਨੇ ਸਾਲ ਦਾ ਕਹਿੰਦੇ ਜੀ ਅੱਜ 6 ਮਹੀਨੇ ਦਾ ਇੱਥੇ ਹੋਇਆ ਕਹਿੰਦੇ ਮਰਨਾ ਜਾਂ ਸ਼ਹੀਦੀ ਬਹੁਤ ਚੰਗੀ ਗੱਲ ਸੁਖਤ ਨਹੀਂ ਹੁੰਦੀ ਦਿਲ ਰੋਂਦਾ ਜਦੋਂ ਇਦਾਂ ਦੀ ਖਬਰ ਸੁਣੀਦੀ ਹੈ ਪਰ ਸੰਘਰਸ਼ਾਂ ਦਾ ਹਿੱਸਾ ਰਹੀਆਂ ਨੇ ਹਮੇਸ਼ਾ ਸ਼ਹਾਦਤਾਂ ਔਰ ਇਹ ਇਹਨਾਂ ਨੂੰ ਕਦੇ ਕੋਈ ਜੁਦਾ ਨਹੀਂ ਕਰ ਸਕਦਾ ਹਨਾ ਜੀ ਇਹ ਪ੍ਰੋਬਲਮ ਹੈ ਪਰ ਇੱਥੇ ਇਹ ਮੈਂ ਬੇਨਤੀ ਕਰਾਂਗਾ ਆਪਣੇ ਬਜ਼ੁਰਗਾਂ ਨੂੰ ਸਪੈਸ਼ਲੀ ਬਜ਼ੁਰਗਾਂ 'ਚ ਇਹ ਇਸ ਵੇਲੇ ਪ੍ਰਵਿਰਤੀ ਪਾਈ ਜਾ ਰਹੀ ਹੈ ਆਪਣੇ ਬੱਚਿਆਂ ਦਾ ਦੁੱਖ ਦੇਖ ਨਹੀਂ ਪਾਰੇ ਬਹੁਤ سارے ਬਜ਼ੁਰਗ ਇਸ ਰਸਤੇ ਤੇ ਤੁਰ ਪੈਂਦੇ ਨੇ ਕਈ ਵਾਰੀ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਘਬਰਾਓ ਨਾ ਆਪਾਂ ਜਿੱਤ ਦੇ ਬਹੁਤ ਨੇੜੇ ਆ ਆਪਣੀ ਜ਼ਿੰਦਗੀ ਜਿਹੜੀ ਹੈ ਇਹਨੂੰ ਲੰਬੀ ਚੱਲਣ ਦਿਓ ਸਵਾਸ ਚੱਲਣ ਦਿਓ ਤੁਸੀਂ ਇਹਦੀ ਜਿੱਤ ਦੇਖਣੀ ਹੈ ਅਜੇ ਕਲਾਕਾਰ ਭਾਈ ਚਾਰੇ ਦਾ ਮੈਂ ਧੰਨਵਾਦ ਦਿਆਂ ਔਰ ਉਹਨਾਂ ਦਾ ਫਰਜ਼ ਬੰਦਾ ਸੀ ਔਰ ਕਲਾਕਾਰ ਭਾਈ ਚਾਰੇ ਨੇ ਆਪਣਾ ਫਰਜ਼ ਨਿਭਾਇਆ ਹੈ ਔਰ ਕਲਾਕਾਰ ਭਾਈ ਚਾਰੇ ਤੋਂ ਲਾਭਾ ਸਪੋਰਟਸ ਪਰਸਨ ਕਹਿ ਲਓ ਬੁੱਧੀਜੀਵੀ ਲੋਕ ਕਹਿ ਲਓ ਸਾਰੇ ਆਪਣਾ ਆਪਣਾ ਤੁਸੀਂ ਪੱਤਰਕਾਰ ਵੀ ਤੁਸੀਂ ਨਿੱਕੇ ਜਿਹੀਓ ਜੇ ਤੁਹਾਡੇ ਘਰ ਦੇ ਨਾਲ ਤੁਹਾਨੂੰ ਕਿੱਦਾਂ ਆਉਣ ਦਿੱਤਾ ਹੈ ਨਾ ਇੱਥੇ ਆ ਕੇ ਮੌਕਾ ਦੇਖ ਕੇ ਲਿਖੋ ਵਿੱਚ ਬਹਿ ਕੇ ਲਿਖੋ ਦਰਦ ਤਿੰਨ ਗੁਣਾ ਸਮਝ ਆਏਗਾ ਕਵਿਤਾ ਦੀ ਕੀਮਤ ਹੋਰ ਵਧੇਗੀ ਕਹਾਣੀ ਦੀ ਵਾਰਤਕ ਦੀ ਕਵਿਤਾ ਦੀ ਕੀਮਤ ਹੋਰ ਵਧੇਗੀ ਉਹਨੂੰ ਵਧਾਓ ਮੇਰੀ ਬੇਨਤੀ ਹੈ ਇੰਟੈਲੈਕਚੁਅਲਸ ਨੂੰ ਬੁੱਧੀਜੀਵੀਆਂ ਨੂੰ ਅੱਜ ਲੋੜ ਜੇ ਅੱਜ ਇੱਥੇ ਆਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਮਨੀਸ਼ਾ ਕਿਸਾਨੀ ਸੰਘਰਸ਼ ਦਿੱਲੀ ਵਿਖੇ ਲਗਾਤਾਰ ਡਟਿਆ ਹੋਇਆ ਹੈ ਤੇ ਇੱਥੇ ਸਿੰਘੂ ਬਾਰਡਰ ਪਹੁੰਚੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਸਾਡੇ ਨਾਲ ਗੁਰਪ੍ਰੀਤ ਕੁਗਵੀ ਸਰ ਨੇ ਸੋ ਯੂਨਾਈਟਿਡ ਸਿੱਖ ਦੇ ਲਈ ਆਏ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਹੋ ਜੀ ਸੋ ਸਰ ਆ ਜਾਇਓ ਸਮਾਨ ਲੈ ਕੇ ਆਇਓ ਜ਼ਰੂਰ ਦੱਸੋ ਕਿ ਕੀ ਸਮਾਨ ਹੈ ਸਮਾਨ ਤਾਂ ਬਸ ਰਲ ਕੇ ਆਪਾਂ ਹੁਣੇ ਆਪ ਹੀ ਲੈ ਆਪ ਹੀ ਖਾ ਲੈਣਾ ਜੀ ਇੱਥੇ ਆ ਕੇ ਕੁਝ ਨਹੀਂ ਆ ਗਿਆ ਜੀ ਮੂੰਗਫਲੀ ਤਿਆਪਸ ਸਾਰਿਆਂ ਨੇ ਇੱਥੇ ਧੂਣੀ ਲਾਉਣੀ ਹੈ ਸ਼ਾਮ ਨੂੰ ਕਿਉਂਕਿ ਮੇਰਾ ਸਾਰਾ ਆ ਪਰਿਵਾਰ ਤੇ ਸਾਡਾ ਸਾਰਾ ਇੱਥੇ ਹੀ ਬੈਠਾ ਹੈ ਵੱਡਾ ਪਰਿਵਾਰ ਤੇ ਲੋਹੜੀ ਕੱਲੇ ਮਨਾਉਣ ਵਾਲੀ ਚੀਜ਼ ਨਹੀਂ ਹੁੰਦੀ ਇਹ ਰਲ ਕੇ ਮਨਾਵਾਂਗੇ ਸਾਰੇ ਜਣੇ ਬਟ ਸਰ ਲੋਹੜੀ ਹਮੇਸ਼ਾ ਜਿਵੇਂ ਲੋਹੜੀ ਇਕੱਠੇ ਮਨਾਈ ਜਾਂਦੀ ਹੈ ਢੀਲਾ ਨਾ ਮੂਫਲੇ ਨਾ ਮਨਾਈ ਜਾਂਦੀ ਬਟ ਇੱਥੇ ਮਨ ਕੀ ਹਾਈਵੇ ਤੇ ਬੈਠੇ ਨੇ ਦਿੱਲੀ ਦੇ ਹਾਈਵੇ ਤੇ ਸੋ ਉਹਨਾਂ ਨੇ ਫਾਰ ਕਾਪੀਆਂ ਫੜ ਕੇ ਮਨ ਕੀ ਜਿਹੜੀ ਹੈ ਇਹ ਲੋਹੜੀ ਮਨਾਈ ਹੈ ਨਹੀਂ ਮਨਾਈ ਤਾਂ ਹੁਣ ਵੀ ਰਿਓੜੀਆਂ ਤੇਲ ਤੇ ਤੇਲ ਭੁੱਗਿਆਂ ਨਾਲ ਹੀ ਜਾਣੀ ਹੈ ਪਰ ਐਰ ਕੀ ਸਿਰਫ ਲੱਕੜ ਨਹੀਂ ਸੜਨੀ ਕਾਲੇ ਕਾਨੂੰਨ ਸੜਨਗੇ ਇਰ ਕੀ ਕਾਲੇ ਕਾਨੂੰਨ ਸੜਨਗੇ ਸੱਗ ਦੇ ਵਿੱਚ ਇਸ ਕਰਕੇ ਆ ਦੇਖੋ ਲਿਆਂਦੇ ਹੋਏ ਨੇ ਆ ਸਾਰੇ ਜਿਹੜੀ ਚੀਜ਼ ਇਹਨਾਂ ਨੂੰ ਨਹੀਂ ਇੱਥੇ ਸਾਨੂੰ ਚਾਹੀਦੀ ਸਾਨੂੰ ਜ਼ਬਰਦਸਤੀ ਜਿਹੜੀ ਦਿੱਤੀ ਜਾ ਰਹੀ ਹੈ ਕਿਸਾਨ ਲੈ ਕੇ ਆਏ ਨੇ ਇਹਨਾਂ ਨੇ ਹੱਥਾਂ 'ਚ ਫੜੇ ਨੇ ਉਹ ਕਾਪੀਆਂ ਫੜੀਆਂ ਨਹੀਂ ਚਾਹੀਦੇ ਕਾਨੂੰਨ ਤਾਂ ਫਿਰ ਨਹੀਂ ਨਹੀਂ ਚਾਹੀਦੇ ਉਹ ਕਹਿੰਦੇ ਅਸੀਂ ਅੱਜ ਸਾੜ ਦੇਣੇ ਸੁਪਰੀਮ ਕੋਰਟ ਵੱਲੋਂ ਜਿਹੜਾ ਕਿ ਕਹਿੰਦੇ ਕੇਂਦਰ ਸਰਕਾਰ ਨੂੰ ਇੱਕ ਡਾਂਟ ਪਾਈ ਗਈ ਆ ਝਾੜ ਪਾਈ ਗਈ ਆ ਵੀ ਹਾਂ ਵੀ ਤੁਹਾਡੇ ਤਾਂ ਹੋਲਡ ਨਹੀਂ ਹੁੰਦੇ ਬਿਲ ਤਾਂ ਅਸੀਂ ਕਰ ਦਨੇ ਆ ਉਹਨਾਂ ਨੇ ਹੋਲਡ ਤਾਂ ਕਰ ਦਿੱਤੇ ਆ ਕੀ ਲੱਗਦਾ ਕਿ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਆ ਰਾਹਤ ਦੀ ਗੱਲ ਮੈਂ ਕਵਾਂਗਾ ਹੱਕ ਤਾਂ ਜੇ ਉਸ ਦਿਨ ਮਿਲਣਾ ਜਿਸ ਦਿਨ ਲਾ ਜਿਹੜੇ ਨੇ ਰਿਪੀਲ ਹੋ ਜਾਣਗੇ ਤੁਸੀਂ ਦੇਖੋ ਮੈਂ ਅਸੀਂ माननीय सुप्रीम कोर्ट ਦੇ ਧੰਨਵਾਦ ਹੈ ਦਰਦ ਤਾਂ ਸਮਝਿਆ ਕਿਸੇ ਨੇ ਪਹਿਲੀ ਵਾਰੀ ਥੋੜਾ ਜਿਆਦਾ ਤੇ ਸਮਝਿਆ ਕਿ ਤਕਲੀਫ ਚ ਹੈਗੇ ਨੇ ਪਰ ਇਹਨੂੰ ਤੁਸੀਂ ਇਲਾਜ ਨਾ ਸਮਝੋ ਕਿ ਦਰਦ ਦਾ ਇਲਾਜ ਹੋ ਗਿਆ ਸਿਰਫ ਦਰਦ ਦੇ ਉੱਤੇ ਕਿਸੇ ਨੇ ਫੂਕ ਮਾਰੀ ਹੈ ਮਾੜੀ ਜੀ ਅਜੇ ਇਲਾਜ ਉਦੋਂ ਹੋਣਾ ਜਦੋਂ ਇਹ ਲਾ ਜਿਹੜੇ ਨੇ ਰਿਪੀਲ ਹੋ ਜਾਣੇ ਨੇ ਕਿਉਂਕਿ ਕਈ ਲੋਕ ਕੇ ਕਹਿੰਦੇ ਨੇ ਮੀਡੀਆ ਚ ਵੀ ਕਹਿੰਦੇ ਨੇ ਸਟੇਜਾਂ ਤੇ ਵੀ ਔਰ ਡਿਸਕਸ਼ਨਸ ਦੇ ਵਿੱਚ ਡਿਬੇਟਸ ਦੇ ਵਿੱਚ ਆ ਕੇ ਕਹਿੰਦੇ ਨੇ ਅਰੇ ਕਿਸਾਨੋ ਕੋ ਇਤਨਾ ਕੁਝ ਮਿਲ ਤੋ ਰਹਾ ਹੈ ਇਹ ਵੀ ਮੰਗ ਮੰਨ ਲਈਏ ਇਹ ਵੀ ਮੰਨ ਲਈਂ ਆਪ ਇਹ ਕਿਉਂ ਅੜੇ ਹੋਏ ਆ ਕਿ ਰਿਪੀਲ ਕਰਵਾएंगे ਇਹਨਾਂ ਮੈਂ ਸਿੱਧਾ ਜਵਾਬ ਦੇਣਾ ਉਹ ਨਾ ਕਿ ਤੁਸੀਂ ਕਿਸੇ ਕੋਲੋਂ 100 ਰੁਪਏ ਖੋਹ ਲਿਆ ਤੇ ਬਾਅਦ ਚ ਉਹਨੂੰ ਕਹਿੰਦੇ ਚੱਲ ਯਾਰ ਇਹਨੂੰ 12 ਰੁਪਏ ਦੇ ਦੇਣੇ ਤੈਨੂੰ ਬਾਅਦ ਫਿਰ ਲੜਿਆ ਰੋਇਆ ਪਿੱਟਿਆ ਕਹਿੰਦੇ ਚੱਲ 8 ਰੁਪਏ ਹੋਰ ਦੇ ਦੇ 20 ਹੋ ਗਏ ਰੁਕ ਚੱਲ 26 ਰੁਪਏ ਦੇ ਦੋ ਯਾਰ ਇਹਨੂੰ ਉਹ ਕਹਿੰਦਾ ਯਾਰ ਮੇਰੇ ਬਾਕੀ 74 ਰੁਪਏ ਕਿੱਥੇ ਗਏ ਮੇਰੇ ਜਿਹਦੇ ਕੋਲੋਂ ਤੁਸੀਂ 100 ਰੁਪਏ ਖੋਹਿਆ ਉਹਦੇ 100 ਰੁਪਏ ਜਦ ਤੱਕ ਨਹੀਂ ਮੋੜੋਗੇ ਉਹ ਕਿੱਦਾਂ ਘਰ ਚਲਾ ਜਾਏਗਾ ਆਪਣੇ ਤੁਹਾਨੂੰ ਕਿਸੇ ਨੇ ਕਿਹਾ ਹੀ ਨਹੀਂ ਇਹ ਲਾਅ ਬਣਾਉ ਨੂੰ ਨਾ ਕਿਸੇ ਨੇ ਮੰਗੇ ਔਰ ਤੁਸੀਂ ਤੁਹਾਡੇ ਇੱਕ ਲਾਅ ਜਿਹੜਾ ਟ੍ਰੇ ਉਹ ਉਹ ਕਿਸਾਨੀ ਨਾਲ ਕਿੱਥੋਂ ਜੁੜਦਾ ਹੈ ਉਹ ਤਾਂ ਬਿਜ਼ਨਸ ਦਾ ਲਾਅ ਹੈ ਟਰੇਡ ਐਂਡ ਕਾਮਰਸ ਕਿਸਾਨ ਮਾਰਕੀਟਿੰਗ ਕਰਦਾ ਤੁਸੀਂ ਕਹਿ ਰਹੇ ਹੋ ਕਿਸਾਨ ਕਿਸਾਨ ਦੇ ਹਿੱਤ ਵਿੱਚ ਹੈ ਮੈਨੂੰ ਤਾਂ ਇਹ ਨਹੀਂ ਰਜਿਸਟਰ ਦੋ ਬਿਜਲੀ ਤੇ ਜਿਹੜੇ ਦੂਜੇ ਮਨ ਕੀ ਪਾਸ ਕੀਤੇ ਨੇ ਉਹਨਾਂ ਦੇ ਮਨ ਕੀ ਉਹ ਰੱਦ ਕਰ ਦਿੱਤੇ ਨੇ ਮੈਨੂੰ ਦੀ ਤਾਂ ਉਹ ਕਹਿੰਦੇ ਨੇ ਕਿ ਕਿਸਾਨਾਂ ਦੇ ਲਈ ਸਹੀ ਨੇ ਟਾਈਮ ਅਕੋਰਡਿੰਗ ਚੇਂਜ ਹੋਣੇ ਬਣਦੇ ਸੀ ਦੇਖੋ ਇਹ ਜਿੱਦਾਂ ਮੈਂ ਤੁਹਾਡੇ ਘਰ ਆਵਾਂ ਕੋਈ ਮੈਨੂੰ ਰੋਟੀ ਖਾਣੀ ਭੁੱਖ ਲੱਗੀ ਹੈ ਤੇ ਤੁਸੀਂ ਮੈਨੂੰ ਅਚਾਰ ਦੇ ਕੇ ਨਾ ਨਿੰਬੂ ਦਾ ਤੇ ਨਾਲ ਦੋ ਫਾੜੀਆਂ ਦੇ ਕੇ ਗੰਡੇ ਦੀਆਂ ਪਿਆ ਚਲੋ ਪਿਆਜ ਖਾ ਲਓ ਤੁਸੀਂ ਮੈਂ ਕਹਾਂਗਾ ਰੋਟੀ ਕਿੱਥੇ ਐ ਜੁਗਾ ਤੈਨੂੰ ਆਚਾਰ ਦੇ ਦੇ ਦਿੱਤਾ ਤੈਨੂੰ ਪਿਆਜ ਦੇ ਦੇ ਦਿੱਤਾ ਖੀਰਾ ਵੀ ਦੇ ਦਿੱਤਾ ਥੋੜਾ ਜਿਹਾ ਛਿੱਲ ਕੇ ਮੈਂ ਕਹਾਂਗਾ ਭੁੱਖ ਲੱਗੀ ਰੋਟੀ ਕਿੱਥੇ ਐ ਦਾਲ ਸਬਜ਼ੀ ਕਿੱਥੇ ਐ ਪਾਣੀ ਕਿੱਥੇ ਐ ਉਹ ਹੈ ਨਹੀਂ ਮੈਂ ਤੁਹਾਡੇ ਘਰ ਆਚਾਰ ਤੇ ਥੋੜੀ ਆਇਆ ਹੈ ਹੈਨਾ ਮੈਂ ਰੋਟੀ ਤੇ ਆਇਆ ਤੇ ਰੋਟੀ ਖਾ ਕੇ ਜਾਊਂਗਾ ਤੇ ਅਸੀਂ ਤਾਂ ਇੱਥੇ ਰੋਟੀ ਖਾਣ ਆਏ ਆਪਣੀ ਰੋਟੀ ਵਾਪਸ ਲੈਣ ਆਏ ਆ ਅਸੀਂ ਆਚਾਰ ਮੂਲੀਆਂ ਗੰਡੇ ਲੈਣ ਨਹੀਂ ਆਏ ਜਿਹੜੇ ਤੁਸੀਂ ਆਪ ਹੀ ਲੋ ਤੋਂ ਬਾਅਦ ਵੀ ਕੁਝ ਤੁਸੀਂ ਆਪਣੇ ਆਪ ਚੀਜ਼ਾਂ ਤੁਸੀਂ ਫੋਰਸਫੁਲੀ ਸਾਡੇ ਤੇ ਥੋਪ ਦਿੱਤੀਆਂ ਕਿਸਾਨ ਤੇ ਉਹ ਦੋ ਤਿੰਨ ਚੀਜ਼ਾਂ ਨੂੰ ਅੱਗੇ ਪਿੱਛੇ ਕਰਕੇ ਕਹੋਗੇ ਕਿਸਾਨ ਦੀ ਗੱਲ ਮੰਨ ਲਈ ਤਾਂ ਉਹ ਤਾਂ ਨਹੀਂ ਨਾ ਹੋਣਾ ਜੀ ਆਪਣੀ ਹੂਨ ਦੀ ਲੜਾਈ ਲੜ ਰਹੀ ਆ ਕਿਸਾਨ ਜਿਵੇਂ ਬੈਠੇ ਨੇ ਯੂਥ ਬੈਠਾ ਹੈ ਬੀਬੀਆਂ ਬੈਠੀਆਂ ਨੇ ਦੋ ਸਾਲ ਦੇ ਬੱਚੇ ਬੈਠੇ ਨੇ ਬਟ ਫਿਰ ਵੀ ਉਹਨਾਂ ਦਾ ਬੱਚਾ ਵੀ ਮੈਂ ਦੇਖਿਆ ਜੀ ਇੱਥੇ ਇੱਕ ਮੈਂ ਜੋ ਲਾਸਟ ਟਾਈਮ ਆਇਆ ਸੀ ਇੱਕ ਕਪਲ ਕੋਲ ਬੱਚਾ ਸੀ ਤੌਲੀਏ ਦੇ ਵਿੱਚ ਨਿਕਲ ਜਲੇ ਬੈਠਾ ਮੈਂ ਪੁੱਛਿਆ ਕਿੰਨੇ ਸਾਲ ਦਾ ਕਹਿੰਦੇ ਜੀ ਅੱਜ 6 ਮਹੀਨੇ ਦਾ ਇੱਥੇ ਹੋਇਆ ਕਹਿੰਦੇ ਕਿ ਆਪਣਾ ਸਮਰਥਨ ਕਿਸਾਨੀਪਤੀ ਦੇ ਰਹੇ ਨੇ ਨਾ ਬਟ ਸਰ ਕਿਤੇ ਨਾ ਕਿਤੇ ਜਿਹੜੇ ਆਪਣੇ ਇੱਥੇ ਕਾਫੀ ਪਰਿਵਾਰਾਂ ਦੀ ਜਿਹੜੇ ਮੈਂਬਰ ਨੇ ਸ਼ਹੀਦੀ ਦੇ ਰਹੇ ਨੇ ਜਾਂ ਕੁਝ ਕਹਿ ਰਹੇ ਨਹੀਂ ਕਿ ਅਸੀਂ ਜ਼ਹਿਰ ਵੀ ਖਾ ਲਿਆ ਨਾ ਸੋ ਉਹ ਚੀਜ਼ ਲਈ ਪਲੀਜ਼ ਇੱਕ ਸੰਦੇਸ਼ ਦਿਓ ਦੇਖੋ ਜਦੋਂ ਸੰਘਰਸ਼ ਚੱਲਦੇ ਨੇ ਸ਼ਹੀਦੀਆਂ ਸੰਘਰਸ਼ ਦਾ ਹਿੱਸਾ ਹੁੰਦੀਆਂ ਨੇ ਇਹਦੀ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਤੁਹਾਨੂੰ ਜਦੋਂ ਸ਼ਹੀਦ ਭਗਤ ਸਿੰਘ 23 ਸਾਲ 7 ਮਹੀਨੇ ਦੀ ਉਮਰ 'ਚ ਜਦੋਂ ਉਹਨੂੰ ਫਾਂਸੀ ਲੱਗੀ ਹੈ ਨਾ ਜੀ ਉਦੋਂ ਉਹਦੇ ਮਿੱਤਰਾਂ ਨੇ ਉਹਨੂੰ ਕਿਹਾ ਸੀ ਕਿ ਭਾਈ ਤਸੀਹੇ ਰਲੀ ਵਕੀਲ ਕਰਨ ਲੱਗੇ ਆ ਉਹਨੇ ਉਦੋਂ ਇਹ ਜਵਾਬ ਦਿੱਤਾ ਭਗਤ ਸਿੰਘ ਨੇ ਕਿਹਾ ਮੈਂ ਮੈਨੂੰ ਪਤਾ ਵਕੀਲ ਕਰ ਲਾਂਗੇ ਔਰ ਜਿੰਨਾ ਪ੍ਰੈਸ਼ਰ ਬਣਿਆ ਹੋਇਆ ਗਵਰਨਮੈਂਟ ਤੇ ਮੇਰੀ ਸਜ਼ਾ ਵੀ ਮaaf ਹੋ ਜਾਏਗੀ ਪਰ ਇਸ ਵੇਲੇ ਮੇਰਾ ਮਰਨਾ ਲਾਜ਼ਮੀ ਹੈ ਜਦ ਤੱਕ ਮੈਂ ਮਰਦਾ ਨਹੀਂ ਨੌਜਵਾਨੀ ਦੇ ਬੁਝਦੇ ਦੀਵਿਆਂ ਦੇ ਵਿੱਚ ਤੇਲ ਨਹੀਂ ਪੈਣਾ ਉਦੋਂ ਤੱਕ ਕਹਿੰਦਾ ਮੇਰੀ ਸ਼ਹਾਦਤ ਲੱਖਾਂ ਭਗਤ ਸਿੰਘ ਪੈਦਾ ਕਰੇਗੀ ਸੋ ਇਹ ਤੁਹ ਮੈਂ ਨਹੀਂ ਕਹਿੰਦਾ ਕਿ ਮਰਨਾ ਜਾਂ ਸ਼ਹੀਦੀ ਬਹੁਤ ਚੰਗੀ ਗੱਲ ਸੁਖਤ ਨਹੀਂ ਹੁੰਦੀ ਦਿਲ ਰੋਂਦਾ ਜਦੋਂ ਇਦਾਂ ਦੀ ਖਬਰ ਸੁਣੀਦੀ ਹੈ ਪਰ ਸੰਘਰਸ਼ਾਂ ਦਾ ਹਿੱਸਾ ਰਹੀਆਂ ਨੇ ਹਮੇਸ਼ਾ ਸ਼ਹਾਦਤਾਂ ਔਰ ਇਹ ਇਹਨਾਂ ਨੂੰ ਕਦੇ ਕੋਈ ਜੁਦਾ ਨਹੀਂ ਕਰ ਸਕਦਾ ਹਨਾ ਜੀ ਇਹ ਪ੍ਰੋਬਲਮ ਹੈ ਔਰ ਦੂਜੀ ਮੈਂ ਐਗਜ਼ਾਮਪਲ ਦਿਆਂਗਾ ਅਸ਼ਫਾਕੁੱਲਾ ਸਾਹਿਬ ਦੀ ਅਸ਼ਫਾਕੁੱਲਾ ਨੂੰ ਵੀ ਜਦੋਂ ਭਗਤ ਸਿੰਘ ਉਹਨਾਂ ਨੇ ਕਿਹਾ ਸੀ ਵੀ ਤੇਰੀ ਫਾਂਸੀ ਦੇ ਆਰਡਰ ਹੋ ਗਏ ਨੇ ਤੇ ਤੈਨੂੰ ਤੇਰੇ ਲਈ ਸੀ ਵਕੀਲ ਕਰ ਦਿੰਨੇ ਉਹਨੇ ਹੱਥ ਜੋੜੇ ਸੀ ਉਹ ਕਹਿੰਦਾ ਓਏ ਪੰਜਾਬੀਓ ਓਏ ਭਾਈ ਸਰਦਾਰ ਉਹ ਕਹਿੰਦਾ ਕੋਈ ਮੁਸਲਮਾਨ ਵੀ ਫਾਇ ਲੱਕ ਲੈਣ ਤੋਂ ਦੇਸ਼ ਲਈ ਕਿ ਤੁਸੀਂ ਠੇਕਾ ਲਿਆ ਇਹ ਸ਼ਫਾਕੁੱਲਾ ਦਾ ਬਿਆਨ ਸੀ ਹੁਣ ਮੈਂ ਗੱਲ ਕਰਦਾ ਇੱਕ ਧੋਤੀ ਤਿਲਕਧਾਰੀ ਇੱਕ ਸਾਡੇ ਆਪਣੇ ਚੰਦਰਸ਼ੇਖਰ ਆਜ਼ਾਦ ਸਾਹਿਬ ਚੰਦਰਸ਼ੇਖਰ ਆਜ਼ਾਦ ਸਾਹਿਬ ਨੇ ਇਲਾਬਾਦ ਦੇ ਵਿੱਚ ਆਪਣੇ ਜਦੋਂ ਪੁੜਪੜੀ ਚ ਗੋਲੀ ਮਾਰ ਕੇ ਆਪਣੇ ਨੂੰ ਖਤਮ ਕੀਤਾ ਸੀ ਇਹਦਾ ਮਤਲਬ ਇਹ ਨਹੀਂ ਸੀ ਉਹਨੇ ਖੁਦਕੁਸ਼ੀ ਕੀਤੀ ਸੀ ਉਹ ਇਹਨੇ ਇੱਕ ਸ਼ਹਾਦਤ ਦਿੱਤੀ ਸੀ ਔਰ ਉਹਨੇ ਦੱਸਿਆ ਸੀ ਉਹਨੇ ਸਾਬਤ ਕੀਤਾ ਸੀ ਕਿ ਮੈਂ ਆਪਣੇ ਬਚਨ ਦਾ ਪੱਕਾ ਕਿ ਮੈਨੂੰ ਜਿਉਂਦੇ ਜੀ ਅੰਗਰੇਜ਼ੀ ਹਕੂਮਤ ਕਰੇ ਗ੍ਰਫਤਾਰ ਨਹੀਂ ਕਰ ਸਕਦੀ ਹੁਣ ਉਹਨੇ ਵੀ ਆਪਣੇ ਚੰਦਰ ਸ਼ੇਖਰ ਆਜ਼ਾਦ ਸਾਹਿਬ ਨੇ ਵੀ ਆਪਣੇ ਸਿਰ 'ਚ ਗੋਲੀ ਮਾਰੀ ਸੀ ਪਰ ਉਹਨੂੰ ਅਸੀਂ ਬੁਝ ਦੇ ਲਈ ਨਹੀਂ ਕਵਾਂਗੇ ਉਹ ਇੱਕ ਸ਼ਹਾਦਤ ਸੀ ਉਹ ਵੀ ਇੱਕ ਨਮੂਨਾ ਸੀ ਸ਼ਹਾਦਤ ਦਾ ਪਰ ਇੱਥੇ ਇਹ ਮੈਂ ਬੇਨਤੀ ਕਰਾਂਗਾ ਆਪਣੇ ਬਜ਼ੁਰਗਾਂ ਨੂੰ ਸਪੈਸ਼ਲੀ ਬਜ਼ੁਰਗਾਂ 'ਚ ਇਹ ਇਸ ਵੇਲੇ ਪ੍ਰਵਿਰਤੀ ਪਾਈ ਜਾ ਰਹੀ ਹੈ ਆਪਣੇ ਬੱਚਿਆਂ ਦਾ ਦੁੱਖ ਦੇਖ ਨਹੀਂ ਪਾਰੇ ਬਹੁਤ سارے ਬਜ਼ੁਰਗ ਇਸ ਰਸਤੇ ਤੇ ਤੁਰ ਪੈਂਦੇ ਨੇ ਕਈ ਵਾਰੀ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਘਬਰਾਓ ਨਾ ਆਪਾਂ ਜਿੱਤ ਦੇ ਬਹੁਤ ਨੇੜੇ ਆ ਆਪਣੀ ਜ਼ਿੰਦਗੀ ਜਿਹੜੀ ਹੈ ਇਹਨੂੰ ਲੰਬੀ ਚੱਲਣ ਦਿਓ ਸਵਾਸ ਚੱਲਣ ਦਿਓ ਤੁਸੀਂ ਇਹਦੀ ਜਿੱਤ ਦੇਖਣੀ ਹੈ ਜੇ ਤੁਸੀਂ ਜਿੱਤ ਕੇ ਘਰ ਮੁੜਨਾ ਤੁਸੀਂ ਉਹ ਖੁਸ਼ਹਾਲੀ ਦੇਖਣੀ ਹੈ ਜੇ ਜਿੱਤ ਦੇਖਣੀ ਹੈ ਨਿਰਾਸ਼ਾ ਵਾਲੇ ਪਾਸੇ ਨਹੀਂ ਆਪਾਂ ਜਾਣਾ ਜ਼ਿੰਦਾ ਕਹਿੰਦੇ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ ਮਰਦਾ ਦਿਲ ਵਾਲੇ ਕਿਹਾ ਖਾਕ ਜੀਆ ਕਰਤੇ ਹਨ ਸੋ ਤੁਸੀਂ ਜ਼ਿੰਦਾ ਦੇ ਲੋਕ ਹੋ ਜ਼ਿੰਦਾ ਦਿਲ ਕੌਮ ਦੇ ਲੋਕ ਹੋ ਜ਼ਿੰਦਾ ਦਲੀਨ ਵਾਲੇ ਸੰਘਰਸ਼ ਲੜੋ 네ਗੇਟਿਵ ਸੋਚਣ ਦੀ ਲੋੜ ਨਹੀਂ ਜਦੋਂ ਅਕਾਲਪੁਰਖ ਨੇ ਸੱਦਣਾ ਉਦੋਂ ਤੱਕ ਕਿਸੇ ਕੋਲ ਨੂੰ ਰੋਕਿਆ ਹੀ ਨਹੀਂ ਜਾਣਾ ਉਹ ਕੋਈ ਨਹੀਂ ਅੱਜ ਤੱਕ ਰੁਕਿਆ ਰਾਜੇ ਮਹਾਰਾਜੇ ਚਲੇ ਗਏ ਕਿਸੇ ਤੋਂ ਰੁਕਿਆ ਕੋਈ ਆਪਣੇ ਆਪ ਨਹੀਂ ਆਪਾਂ ਏਦਾਂ ਦਾ ਕੋਈ ਸਟੈਪ ਲੈਣਾ ਜਿਹਦੇ ਨਾਲ ਲੱਗੇ ਕਿ ਸਾਡੇ ਅੰਦਰ ਕੋਈ ਨਿਰਾਸ਼ਾ ਕਿਸੇ ਨੂੰ ਨਜ਼ਰ ਆਵੇ ਸੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਇੱਕ ਲਾਸਟ ਕੁਐਸਚਨ ਕਲਾਕਾਰ ਭਾਈ ਜਾ ਰਹੇ ਦਾ ਬਹੁਤ ਵੱਡਾ ਰੋਲ ਆ ਇਸ ਲੜਾਈ ਦੇ ਵਿੱਚ ਜਿਹੜੀ ਆਪੇ ਸੰਘਰਸ਼ ਲੜ ਰਹੇ ਆ ਬਟ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਹਾਡੇ ਨਾਲ ਵੀ ਐਵੇਂ ਦਾ ਕੁਝ ਹੋਇਆ ਨਹੀਂ ਨਹੀਂ ਕੋਈ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਔਰ ਕੀਤੀ ਜਾ ਵੀ ਨਹੀਂ ਸਕਦੀ ਮਤਲਬ ਇਹ ਤਾਂ ਜਿਹੜੀਆਂ ਐਸੀਆਂ ਕੁਝ ਹਰਕਤਾਂ ਨੇ ਜਿਹੜੀਆਂ ਹਰ ਟਾਈਮ ਸਰਕਾਰ ਕੋਲ ਹੱਥ ਕੰਡੇ ਹੁੰਦੇ ਨੇ ਉਹ ਅਪਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਸਚਾਈ ਨੂੰ ਕਦੋਂ ਕੋਈ ਦਬਾ ਸਕਿਆ ਮੇਰਾ ਬਾਬਾ ਨਾਨਕ ਹੀ ਕਹਿ ਗਿਆ ਸੀ ਕਿ ਕੂੜ ਨੇ ਖੁੱਟੇ ਨਾਨਕਾ ਔੜਕ ਸੱਚ ਰਹੀ ਸੱਚ ਨੇ ਸੱਚ ਰਹਿਣਾ ਕਿੰਨੀ ਦੇਰ ਕਿਦਾਂ ਦਬਾ ਲੋਗੇ ਇਹ ਨਹੀਂ ਕਰੇ ਸੱਚ ਵੀ ਕਰੇ ਦਬਿਆ ਕਿਸੇ ਕੋਲ ਸੋ ਕਲਾਕਾਰ ਭਾਈਚਾਰੇ ਦਾ ਮੈਂ ਧੰਨਵਾਦ ਦਿਆਂ ਔਰ ਉਹਨਾਂ ਦਾ ਫਰਜ਼ ਬੰਦਾ ਸੀ ਔਰ ਕਲਾਕਾਰ ਭਾਈਚਾਰੇ ਨੇ ਆਪਣਾ ਫਰਜ਼ ਨਿਭਾਇਆ ਹੈ ਔਰ ਕਲਾਕਾਰ ਭਾਈਚਾਰੇ ਤੋਂ ਲਾਭ ਸਪੋਰਟਸ ਪਰਸਨ ਕਹਿ ਲੋ ਬੁੱਧੀਜੀਵੀ ਲੋਕ ਕਹਿ ਲੋ ਸਾਰੇ ਆਪਣਾ ਆਪਣਾ ਤੁਸੀਂ ਪੱਤਰਕਾਰ ਵੀ ਤੁਸੀਂ ਨਿੱਕੇ ਜਿਹੀਓ ਜੇ ਤੁਹਾਡੇ ਘਰ ਦੇ ਨੇ ਤੁਹਾਨੂੰ ਕਿਦਾਂ ਆਉਣ ਦਿੱਤਾ ਹੈਨਾ ਤੁਸੀਂ ਉਹ ਵੇਟ ਕਰਦੇ ਸੀ ਕਿ ਮੈਂ ਕਦੇ ਇਸ ਸੰਗਠਨ ਦਾ ਹਿੱਸਾ ਬਣਾ ਹਾਂ ਉਹੀ ਕਹਿਣਾ ਤੁਸੀਂ ਵੀ ਦਿਲ ਰੱਖ ਕੇ ਆਏ ਹੋ ਨਾ ਸ਼ਾਬਾਸ਼ ਗੋਡ ਬlesਸ ਯੂ ਤੇ ਇਹ ਜੇ ਤੁਸੀਂ ਹੈਗੇ ਹੋ ਤੁਸੀਂ ਸਾਡੀ ਇਨਸਪੀਰੇਸ਼ਨ ਤੁਸੀਂ ਵੀ ਤੇ ਇੱਕ ਤਰ੍ਹਾਂ ਨਾਲ ਇੱਕ ਕਲਾਕਾਰ ਹੋ ਨਾ ਇੱਕ ਆਵਾਜ਼ ਜਿਹੜੀ ਹੈ ਉਹਨੂੰ ਲੈ ਕੇ ਜਾਂਦੇ ਹੋ ਮੀਡੀਆ ਤੱਕ ਜੇ ਤੁਸੀਂ ਇੰਨੀ ਜ਼ਿੰਦਾਦਲੀ ਰੱਖਦੇ ਹੋ ਤੇ ਕਲਾਕਾਰ ਕਿਉਂ ਨਹੀਂ ਰੱਖਣਗੇ ਕਲਾਕਾਰਾਂ ਨੂੰ ਵੀ ਚਾਹੀਦਾ ਹੈ ਪੱਤਰਕਾਰ ਇੱਕ ਮੈਂ ਕਹਿਣਾ ਚਾਹਾਂਗਾ ਤੁਹਾਡਾ ਹਾਂ ਇਹਨੂੰ ਬੜੇ ਲੋਕ ਸੁਣਦੇ ਦੇਖਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬੁੱਧੀਜੀਵੀ ਵਰਗ ਸਾਡਾ ਇਹ ਗੱਲ ਮੇਰੀ ਬਾਰ-ਬਾਰ ਚਲਾਇਓ ਟੀਵੀ ਤੇ ਸਾਡੇ ਇੰਟੈਲੈਕਚੁਅਲਸ ਬੁੱਧੀਜੀਵੀ ਵਰਗ ਜਿੱਦਾਂ ਮੈਂ ਪਾਤਰ ਸਾਹਿਬ ਨੂੰ ਇਨ ਸਟੇਜ ਤੋਂ ਬੋਲਦੇ ਸੁਣਿਆ ਸੀ surjit patar sahab ਨੂੰ ਮੈਨੂੰ ਬਹੁਤ ਕਲਜੇ ਨੂੰ ਠੰਡ ਪਈ ਮੈਂ ਧੰਨਵਾਦ ਦੀਆਂ ਪਾਤਰ ਸਾਹਿਬ ਦਾ ਅੱਜ ਬੁੱਧੀਜੀਵੀ ਵਰਗ ਨੂੰ ਇੰਟੈਲੈਕਚੁਅਲਸ ਨੂੰ ਰਾਈਟਰਸ ਨੂੰ ਕਵੀਆਂ ਨੂੰ ਗਲਪਕਾਰ ਸਾਹਿਤਕਾਰ ਸ਼ਿਲਪਕਾਰ ਚਿੱਤਰਕਾਰ ਜੀ ਮੈਂ ਸਾਰਿਆਂ ਨੂੰ ਕਹਿਣਾ ਜਿਹੜੇ ਜਿਹੜੇ ਵੀ ਕਾਰ ਤੁਸੀਂ ਹੈਗੇ ਹੋ ਹਨਾ ਜੀ ਸਭ ਤੋਂ ਵੱਡੀ ਚੀਜ਼ ਹੁੰਦੀ ਕਿਰਦਾਰ ਅੱਜ ਉਹਨੂੰ ਪਛਾਣਨ ਦੀ ਲੋੜ ਹੈ ਤੁਹਾਡੀਆਂ ਵਡਿਆਈਆਂ ਤੁਹਾਡੀਆਂ ਪ੍ਰਾਪਤੀਆਂ ਤੁਹਾਡੇ ਸਕਿੱਲਸ ਤੁਹਾਡੀ ਯੋਗਤਾ ਅੱਜ ਪੰਜਾਬ ਨੂੰ ਚਾਹੀਦੀ ਹੈ ਕੱਲੀ ਕਲਮ ਨਾਲ ਕੁਝ ਨਹੀਂ ਹੋਣਾ ਹਾਜ਼ਰੀਆਂ ਬਹੁਤ ਜ਼ਰੂਰੀ ਨੇ ਇੱਥੇ ਆ ਕੇ ਮੌਕਾ ਦੇਖ ਕੇ ਲਿਖੋ ਵਿੱਚ ਬਹਿ ਕੇ ਲਿਖੋ ਦਰਦ ਤਿੰਨ ਗੁਣਾ ਸਮਝ ਆਏਗਾ ਕਵਿਤਾ ਦੀ ਕੀਮਤ ਹੋਰ ਵਧੇਗੀ ਕਹਾਣੀ ਦੀ ਵਾਰਤਕ ਦੀ ਕਵਿਤਾ ਦੀ ਕੀਮਤ ਹੋਰ ਵਧੇਗੀ ਉਹਨੂੰ ਵਧਾਓ ਮੇਰੀ ਬੇਨਤੀ ਹੈ ਇੰਟੈਲੈਕਚੁਅਲਸ ਨੂੰ ਬੁੱਧੀਜੀਵੀਆਂ ਨੂੰ ਅੱਜ ਲੋੜ ਜੇ ਅੱਜ ਇੱਥੇ ਆਓ ਕਿਉਂਕਿ ਜੇ ਅਸੀਂ ਮੈਂ ਵੀ ਆਪਣੇ ਨੂੰ ਵਿੱਚ ਗੇਂਦਾ ਜੇ ਮੌਕੇ ਤੇ ਨਾਲ ਨਹੀਂ ਖੜੇ ਹੋਏ ਤੇ ਮਗਰੋਂ ਕਿਸੇ ਨੇ ਸਾਨੂੰ ਰਗੜ ਕੇ ਫੋੜੇ ਤੇ ਲਾਉਣਾ ਫਿਰ ਆ ਜਾਓ ਸਾਰੇ ਅੱਗੇ ਆਓ ਹਰ ਇੱਕ ਦੀ ਲੜਾਈ ਸਾਂਝੀ ਲੜਾਈ ਹੈ ਸਾਰੇ ਅੱਗੇ ਆਓ ਸੋ ਇਸ ਸੰਸੜਨਾ ਗੁਰਪ੍ਰੀਤ ਕੁੱਕੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਸੋ ਇਹ ਅ ਅੱਜ ਯੂਨਾਈਟਿਡ ਸਿਖਾਇਸੀ ਲੋੜੀ ਮਨਾਣਾ ਹੈ ਨੇ ਸਪੈਸ਼ਲੀ ਕਿਸਾਨਾਂ ਦੇ ਨਾਲ ਸਾਰੇ ਭਾਰਤ ਦੇ ਦੇਸ਼ ਭਾਰਤ ਦੇ ਨਾਲ ਸੋ ਇਸੇ ਤਰ੍ਹਾਂ ਅਸੀਂ ਸਿੰਘੂ ਬਾਰਡਰ ਤੋਂ ਹਰ ਇੱਕ ਅਪਡੇਟ ਤੁਹਾਡੇ ਨਾਲ ਰੁਬਰੂ ਕਰਦੇ ਰਾਵਾਂਗੇ ਤਦ ਤੱਕ ਲਈ ਮੈਂ ਦੇ ਇਜਾਜ਼ਤ ਧੰਨਵਾਦ